ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਕਰਦਾ ਵੀ ਸਾਰੇ ਵੀਰ ਠੀਕ ਠਾਕ ਹੋਣਗੇ, ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਗੱਲ ਕਰਨੀ ਆਪਾਂ ਲੱਕੇ ਸਿਧਾਣੇ ਤੇ ਭਾਨੇ ਤੇ ਗੱਲਾਂ ਜਿਹੜੀਆਂ ਕਰਨੀਆਂ ਬਿਲਕੁਲ ਸੱਤੀਆਂ ਕਰਨੀਆਂ ਤੇ ਸੱਤੀਆਂ ਗੱਲਾਂ ਤੁਹਾਨੂੰ ਪਤਾ ਆ ਕੌੜੀਆਂ ਹੁੰਦੀਆਂ ਆ ਤੇ ਮਿਰਚ ਵਾਂਗੂ ਲੜਦੀਆਂ, ਠੀਕ ਹੈ ਨਾ। ਇਹ ਬੰਦੇ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਆ, ਸੁਣੀ ਚੱਲਿਓ ਹੁਣ, ਠੀਕ ਹੈ ਨਾ। ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਆ, ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਆ, ਪਰ ਇਹ ਬੰਦੇ ਜਿੱਧਰ ਨੂੰ ਹਵਾ ਹੁੰਦੀ ਹੈ ਨਾ, ਇਹ ਪੱਖੇ ਆ, ਠੀਕ ਆ। ਜਿੱਧਰ ਨੂੰ ਹਵਾ ਹੁੰਦੀ ਉੱਧਰ ਨੂੰ ਹੀ ਘੁੰਮ ਜਾਂਦੇ ਆ। ਇਹ ਗੱਲਾਂ ਮੈਂ ਕਹਿਣੀਆਂ ਨਹੀਂ ਸੀ, ਪਰ ਮੈਂ ਕਹਿਣ ਲਈ ਮਜਬੂਰ ਹੋ ਗਿਆ। ਹੁਣ ਇਹ ਪੱਖੇ ਕਿਵੇਂ ਆ, ਘੁੰਮਦੇ ਕਿਵੇਂ ਆ ਹਵਾ ਆਈ ਤੋਂ, ਤੁਹਾਨੂੰ ਵੀ ਪਤਾ ਹੈ। ਬੇਸ਼ੱਕ ਲੋਕ ਬੋਲਣ ਲਈ ਡਰਦੇ ਆ, ਜਾਂ ਕਈਆਂ ਕੋਲ ਪਲੇਟਫਾਰਮ ਹੈ ਨਹੀਂ ਆ, ਠੀਕ ਹੈ ਨਾ। ਲੋਕ ਡਰਦੇ ਆ ਕਿਉਂਕਿ ਇਹ ਗੁੰਡਾ ਬਿਰਤੀ ਦੇ ਲੋਕ ਆ, ਇਹਨਾਂ ਦਾ ਪਛੋਕੜ ਵੀ ਤੁਹਾਨੂੰ ਪਤਾ ਆ। ਚਲੋ ਆਪਾਂ ਪਛੋਕੜ ਦੀ ਗੱਲ ਨਹੀਂ ਕਰਦੇ, ਉਹ ਸਾਰਿਆਂ ਦਾ ਪਾਸਟ ਦਾ ਬਲਾਸਟ, ਆਪਾਂ ਉੱਧਰ ਨਹੀਂ ਜਾਂਦੇ, ਠੀਕ ਹੈ ਨਾ। ਇਹ ਫਿਰ ਵੀ ਗੁੰਡਾ ਬਿਰਤੀ ਦੇ ਬੰਦੇ ਆ, ਲੋਕ ਤਾਂ ਡਰਦੇ ਆ। ਇਹ ਘੁੰਮਦੇ ਕਿਵੇਂ ਆ, ਦੇਖੋ ਦੀਪ ਸਿੱਧੂ ਜਦੋਂ ਨਵਾਂ ਨਵਾਂ ਕਿਸਾਨੀ ਮੋਰਚੇ 'ਚ ਆਇਆ ਤਾਂ ਇਹ ਲੱਖੇ ਹੁਣਾਂ ਨੇ ਉਹਦਾ ਡਟ ਕੇ ਵਿਰੋਧ ਕੀਤਾ। ਭੁੱਲਣਾ ਜਾਇਓ ਦੀਪ ਸਿੱਧੂ ਨੂੰ, ਠੀਕ ਹੈ ਨਾ, ਭੁੱਲਣਾ ਜਾਇਓ। ਇਹਨਾਂ ਨੇ ਡਟ ਕੇ ਬੰਦਿਆਂ ਨੇ ਵਿਰੋਧ ਕੀਤਾ ਕਿ ਜੀ ਸਾਡੀ ਵਿਚਾਰਧਾਰਾ ਨਹੀਂ ਮਿਲਦੀ। ਵਿਚਾਰਧਾਰਾ ਤੁਹਾਡੀ ਕਿਉਂ ਮਿਲਣੀ? ਉਹ ਖਾਲਿਸਤਾਨ ਦੀ ਗੱਲ ਕਰਦਾ ਸੀ, ਅਨੰਦਪੁਰ ਦੀ ਗੱਲ ਕਰਦਾ ਸੀ, ਮਤੇ ਦੀ ਗੱਲ ਕਰਦਾ ਸੀ, ਅਨੰਦਪੁਰ ਦੇ ਮਤੇ ਦੀ, ਖਾਲਿਸਤਾਨ ਦੀ ਗੱਲ ਕਰਦਾ ਸੀਗਾ। ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਤੁਹਾਡੀ ਵਿਚਾਰਧਾਰਾ ਤਾਂ ਨਹੀਂ ਮਿਲਦੀ। ਅੱਛਾ ਜੀ, ਚਲੋ ਜਦੋਂ ਉਹ ਵਿਚਾਰਾ ਇਸ ਦੁਨੀਆਂ ਤੋਂ ਚਲੇ ਗਿਆ, ਸਾਡਾ ਵੀਰ ਅੰਮ੍ਰਿਤਪਾਲ ਵੀਰ ਆ ਗਿਆ, ਹੁਣ ਘੁੰਮਦੇ ਦੇਖਿਓ ਕਿੱਦਾਂ ਇਹ ਬੰਦੇ। ਫਿਰ ਜਦੋਂ ਅੰਮ੍ਰਿਤਪਾਲ ਗੱਲ ਕਰਨ ਲੱਗਾ ਆਣ ਕੇ, ਹੁਣ ਅੰਮ੍ਰਿਤਪਾਲ ਵੀ ਤਾਂ ਖਾਲਿਸਤਾਨ ਦੀ ਗੱਲ ਕਰਦਾ ਸੀ, ਖਾਲਿਸਤਾਨ ਬਣਾਉਣ ਦੀ ਗੱਲ ਕਰਦਾ ਸੀ, ਅਨੰਦਪੁਰ ਮਤੇ ਦੀ ਗੱਲ ਕਰਦਾ ਸੀ। ਤੇ ਜਦੋਂ ਦੀਪ ਸਿੱਧੂ ਵਿਚਾਰਾ ਇਸ ਦੁਨੀਆਂ ਤੋਂ ਚੱਲ ਗਿਆ, ਅੰਮ੍ਰਿਤਪਾਲ ਵੀਰ ਆਇਆ ਤੇ ਲੱਖੇ ਹੁਣਾਂ ਨੇ ਵੀ ਪੱਗਾਂ ਸਿਰ ਤੇ ਬੰਨ ਲਈਆਂ, ਫਿਰ ਇਹ ਵੀ ਇਹਨਾਂ ਦੀ ਵਿਚਾਰਧਾਰਾ ਵੀ ਮਿਲਣ ਡਿਆ ਵੀ, ਠੀਕ ਹੈ ਨਾ। ਪਹਿਲਾਂ ਨਹੀਂ ਇਹਨਾਂ ਦੀ ਵਿਚਾਰਧਾਰਾ ਮਿਲੀ ਦੀਪ ਸਿੱਧੂ ਨਾਲ, ਬਾਅਦ ਚੋਂ ਇਹ ਵੀ ਡੈਬੇ ਬੋਲਣ, ਅੰਮ੍ਰਿਤਪਾਲ ਦੀ ਸਪੋਰਟ ਡੈਬੇ ਕਰਨ। ਇਹਨਾਂ ਨੂੰ ਪਤਾ ਸੀ ਵੀ ਜੇ ਆਪਾਂ ਅੰਮ੍ਰਿਤਪਾਲ ਦੀ ਸਪੋਰਟ ਨਾ ਕੀਤੀ ਤੇ ਲੋਕਾਂ ਨੇ ਸਾਨੂੰ ਜੀਣ ਨਹੀਂ ਦੇਣਾ, ਘੁੰਮ ਗਏ ਕਿ ਨਹੀਂ ਹੁਣ। ਅਰੇ ਹੋਰ ਦੇਖੋ ਕਿੱਦਾਂ ਘੁੰਮਦੇ ਆ। ਫਿਰ ਜੀ ਚਲੋ ਅੰਮ੍ਰਿਤਪਾਲ ਵੀਰ ਜੇਲੇ ਚਲ ਗਿਆ, ਮਾਨਸਾਲਾ ਝੋਟਾ ਆ ਗਿਆ, ਝੋਟਾ ਬੋਲਣ ਲੱਗ ਗਿਆ, ਨਸ਼ੇ ਤੇ ਬੰਦੇ ਫੜ ਲੱਗ ਗਿਆ। ਇੱਥੇ ਵੀ ਬਣਾਵਾਂਗੇ ਵੀਡੀਓ, ਵੈਸੇ ਮੈਂ ਵੀਡੀਓ ਬਣਾਈਆਂ ਦੇਖ ਲਿਆ, ਪਰ ਫਿਰ ਵੀ ਨਵੇਂ ਸਿਰ ਤੋਂ ਬਣਾਵਾਂਗੇ ਝੋਟੇ ਤੇ ਵੀ। ਇਹ ਝੋਟੇ ਵਾਲੇ ਤੁਰ ਪਏ, ਝੋਟਾ ਦੀ ਆਏ ਨੇ, ਝੋਟਾ ਦੀ ਦਾ ਉੱਥੇ ਧਰਨਾ ਲੱਗਾ, ਚਲੋ ਜੀ ਝੋਟਾ ਦੀ ਵੱਲ, ਠੀਕ ਹੈ। ਘੁੰਮਦੇ ਦੇਖਿਓ ਕਿੱਦਾਂ ਇਹ ਬੰਦੇ। ਭਗਵੰਤ ਮਾਨ ਦਾ ਵੀ ਵਿਰੋਧ ਕਰਦੇ ਆ, ਅਕਾਲੀ ਦਲ ਬਾਦਲ ਦਾ ਵੀ ਵਿਰੋਧ ਕਰਦੇ ਆ, ਆਪਾਂ ਵੀ ਕਰਦੇ ਹਾਂ, ਆਪਾਂ ਵੀ ਸਹਿਮਤ ਨਹੀਂ, ਠੀਕ ਹੈ ਨਾ, ਇਹਨਾਂ ਪਾਰਟੀਆਂ ਦੇ ਨਾਲ ਸਹਿਮਤ ਨਹੀਂ। ਫਿਰ ਇਹਦੀ ਕਾਂਗਰਸ ਪਾਰਟੀ ਦਾ ਵੀ ਵਿਰੋਧ ਕਰਦੇ ਆ, ਲੱਕੇ ਸਿਧਾਣੇ ਹੋਣੀ ਕਰਦੇ ਆ ਨਾ। ਜਦੋਂ ਸਿੱਧੂ ਮੂਸੇ ਵਾਲਾ ਜਿਉਂਦਾ ਸੀਗਾ
ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀਗਾ ਉਹਨੇ ਕਿਹਾ ਵੀ ਮੈਂ ਇਲੈਕਸ਼ਨ ਲੜਨੀ ਆ, ਤੇ ਇਹ ਜਵਾਨ ਕਹਿੰਦਾ ਵੀ ਅਸੀਂ ਸਪੋਰਟ ਹੀ ਨਹੀਂ ਕਰਦੇ ਤੈਨੂੰ, ਠੀਕ ਹੈ ਨਾ, ਅਸੀਂ ਨਹੀਂ ਤੈਨੂੰ ਸਪੋਰਟ ਕਰਦੇ। ਜੇ ਲੋਕਾਂ ਨੇ ਪੁੱਛਿਆ ਕਿਉਂ ਨਹੀਂ ਕਰਦੇ, ਇਹ ਕਾਂਗਰਸ ਪਾਰਟੀ ਦਾ ਕਰਕੇ ਹੈ ਨਾ, ਉੱਥੋਂ ਖੜੇ ਆ ਤਾਂ ਨਹੀਂ ਕਰਦੇ। ਜਦੋਂ ਸਿੱਧੂ ਮਰ ਗਿਆ ਉਹਦੇ ਘਰੇ ਜਾ ਵੜੇ। ਇਹਨਾਂ ਦਾ ਕੋਈ ਸਟੈਂਡ ਹੈ? ਹੈਗਾ ਸਟੈਂਡ? ਮੈਨੂੰ ਵੀ ਗੱਲਾਂ ਕਰ ਲਿਓ, ਜੇ ਮੇਰਾ ਤੁਸੀਂ ਕਹੋਗੇ ਨਾ ਕੋਈ ਸਟੈਂਡ ਨਹੀਂ ਹੋਊਗਾ। ਇਹਦਾ ਇਹਨਾਂ ਦਾ ਸਟੈਂਡ ਹੈ ਪੰਜਾਬ, ਪੰਜਾਬੀਅਤ ਦੀ ਗੱਲ ਕਰਨ ਵਾਲਿਆਂ ਦਾ। ਉਹ ਅਜੇ ਅਜੇ ਤਾਂ ਇੰਜਣ ਗਰਮ ਹੋਇਆ, ਸੁਣੀ ਚੱਲਿਓ ਫਿਰ ਜੀ। ਸੁਣੋ, ਉਹਨਾਂ ਦੇ ਘਰੇ ਜਾ ਵੜੇ, ਬਾਪੂ ਬਲਕੌਰ ਦਾ ਆਸ਼ੀਰਵਾਦ ਲੈਣ ਡੇ ਪਏ। ਬਾਪੂ ਬਲਕੌਰ ਦੀ ਪਾਰਟੀ ਕਾਂਗਰਸ ਨਹੀਂ ਹੈ? ਇਹਨਾਂ ਨੂੰ ਬੰਦਾ ਪੁੱਛਣ ਵਾਲਾ ਹੋਵੇ, ਚਲੋ ਕੋਈ ਗੱਲ ਨਹੀਂ, ਬੰਦਾ ਆਸ਼ੀਰਵਾਦ ਲੈਣ ਚਲੇ ਹੀ ਜਾਂਦਾ ਆ, ਕੋਈ ਚੱਕਰ ਨਹੀਂ। ਇਹਨਾਂ ਨੂੰ ਪੁੱਛੇ ਖੈਰਾ ਸਾਹਿਬ ਉਹ ਕਿਹੜੀ ਪਾਰਟੀ ਦੇ ਆ? ਉਸੇ ਪਾਰਟੀ ਦੇ ਆ ਨਾ ਜਿਹੜੀ ਪਾਰਟੀ ਨੇ ਟੈਂਕ ਤੋਪ ਇੱਧਰ ਨੂੰ ਉਹਨਾਂ ਦਾ ਮੂੰਹ ਕੀਤਾ ਸੀ ਦਰਬਾਰ ਸਾਹਿਬ ਵੱਲੋਂ। ਖੈਰਾ ਸਾਹਿਬ ਵੀ ਉਸੇ ਪਾਰਟੀ ਦੇ ਆ ਨਾ, ਤੇ ਤੁਸੀਂ ਲੋਕਾਂ ਨੂੰ ਕੀ ਕਹਿ ਰਹੇ ਜੇ, ਆ ਜਾਓ ਜੀ ਖੈਰਾ ਸਾਹਿਬ ਦੀ ਸਪੋਰਟ 'ਚ ਆ ਜਾਓ ਜੀ, ਆ ਜਾਓ ਜੀ ਭਾਨੇ ਸਿੱਧੂ ਦੀ ਸਪੋਰਟ 'ਚ ਆ ਜਾਓ ਜੀ, ਤੁਹਾਡੀਆਂ ਜ਼ਮੀਰਾਂ ਮਰ ਗਈਆਂ ਜੀ, ਭਾਨਾ ਤੁਹਾਡੇ ਲਈ ਕੰਮ ਕਰਦਾ ਆ, ਤੁਹਾਡੇ ਪੈਸੇ ਕਢਾ ਕਢਵਾ ਦਿੰਦਾ ਰਿਹਾ, ਹੁਣ ਲੱਗਦਾ ਵੇਖਾਂਗੇ ਭਲਾ ਉਹ ਲੋਕ ਆਉਂਦੇ ਕਿ ਨਹੀਂ ਆਉਂਦੇ। ਇਹਨਾਂ ਦੇ ਕੰਮ 'ਤੇ ਵੀਡੀਓ ਪਾਪਾ ਕਹਿਣ ਦੇ, ਕਮਾਲ ਦੀ ਗੱਲ ਆ। ਹੁਣ ਜੇ ਕੋਈ ਤੁਸੀਂ ਕੰਮ ਤੋਰਿਆ ਆ ਹੈ ਤਾਂ ਭਾਈ ਲੋਕਾਂ ਨੇ ਤੇ ਤੁਹਾਡੇ ਕੋਈ ਆਉਣਾ, ਜਦੋਂ ਤੁਸੀਂ ਪੰਜਾਬ ਦੇ ਆਪਣਾ ਅੱਗੇ ਲਾ ਕੇ ਤੁਰੇ ਦੇ ਤੇ ਤੁਹਾਡੇ ਕੋਈ ਆਉਣਾ ਫਿਰ, ਤੇ ਤੁਸੀਂ ਆਸਾਨ ਕਰਦੇ ਜੇ ਕਿਸੇ ਦਾ ਕੰਮ ਕਰ ਦਿੰਦੇ ਜੇ, ਫਿਰ ਉਹਨਾਂ ਦੀ ਜੇ ਅੱਛਾ ਇੱਕ ਤੇ ਤੁਸੀਂ ਉਹਨਾਂ ਦੇ ਕੰਮ ਕਰਕੇ ਦਿਓ, ਤੇ ਰੱਬ ਨਾ ਕਰੇ ਜੇ ਤੁਹਾਡੇ ਕਹਿਣੇ ਤੇ ਨਹੀਂ ਆਉਂਦੇ, ਫਿਰ ਉਹਨਾਂ ਦੀਆਂ ਜ਼ਮੀਰਾਂ ਮਰ ਗਈਆਂ। ਵਾਹ ਓਏ, ਬੱਲੇ ਉਹ ਕਲੈਪਿੰਗ ਹੋਣੀ ਚਾਹੀਦੀ ਤੁਹਾਡੇ ਸੂਰਮਿਆਂ ਦੇ। ਇੱਕ ਪਾਸੇ ਆ ਕਾਂਗਰਸ ਪਾਰਟੀ ਮਾੜੀ ਆ, ਤੇ ਦੂਜੇ ਪਾਸੇ ਖਹਿਰਾ ਸਾਹਿਬ ਦੀ ਸਪੋਰਟ ਨੂੰ ਲੱਗੇ ਆ, ਤੇ ਖਹਿਰਾ ਸਾਹਿਬ ਦੀ ਜਿਹੜਾ ਖਹਿਰਾ ਸਾਹਿਬ ਆ ਉਹਨਾਂ ਦਾ ਵੀ ਕਿਹੜਾ ਸਟੈਂਡ ਆ ਕੋਈ? ਚਲੋ ਸਾਡਾ ਉਹਨਾਂ ਨੇ ਕੋਈ ਬੁਰਾ ਨਹੀਂ ਸੋਚਿਆ, ਪਰ ਪਾਰਟੀਆਂ ਉਹਨਾਂ ਨੇ ਵੀ ਬਥੇਰੀਆਂ ਬਦਲੀਆਂ ਹੈ, ਕਦੀ ਉਧਰੋਂ ਉਧਰ ਉਧਰੋਂ ਉਧਰ। ਬੇਸ਼ੱਕ ਉਹਨਾਂ ਦੇ ਬਿਆਨ ਸਹੀ ਹੋਣਗੇ, ਪੰਜਾਬ ਪੱਖੀ ਹੋਣਗੇ, ਲੇਕਿਨ ਪਾਰਟੀ ਤਾਂ ਕਾਂਗਰਸ ਆ ਨਾ। ਲੱਖੇ ਸਿਧਾਣਾ ਭਾਨਾ ਸਿੱਧੂ ਕਵੇ ਸੁਖਪਾਲ ਸਿੰਘ ਖਹਿਰਾ ਜੀ ਪਹਿਲਾਂ ਪਾਰਟੀ ਛੱਡੋ, ਪਰ ਨਹੀਂ, ਲੋਕਾਂ ਨੂੰ ਤਾਂ ਇਹਨਾਂ ਨੇ ਮੂਰਖ ਬਣਾਇਆ। ਵੇਖਿਆ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਘੁੰਮੇ ਆ, ਮਤਲਬ ਇਹ ਲੋਕ ਸਿਆਸੀ ਬੰਦੇ ਆ, ਇਹ ਚਾਹੁੰਦੇ ਆ ਕਿ ਪਾਵਰ 'ਚ ਰਹਿਣਾ, ਇਹ ਪਾਵਰ 'ਚ ਰਹਿ ਕੇ ਖੁਸ਼ ਆ, ਪਰ ਪਾਵਰ ਇਹਨਾਂ ਨੂੰ ਲੋਕ ਦੇ ਨਹੀਂ ਰਹੇ ਇਹਨਾਂ ਨੂੰ ਪਾਵਰ, ਠੀਕ ਹੈ ਨਾ। ਕਮਾਲ ਦੀ ਗੱਲ ਸੁਣੋ ਅਜੇ ਹੋਰ, ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਪਏ ਆ, ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਪਏ ਆ, ਕਈ ਕਈ ਵਾਰ ਵੱਡੀਆਂ ਸਟੇਟਮੈਂਟਾਂ ਦੇ ਦਿੰਦੇ ਆ, ਯੋਧਿਆਂ ਦੀ ਵੀ ਗੱਲ ਕਰ ਦਿੰਦੇ, ਸ਼ਹੀਦਾਂ ਦੀ ਵੀ ਗੱਲ ਕਰ ਦਿੰਦੇ ਆ, ਪਰ ਉਹ ਟੱਟੂ ਜਿਹਾ ਲੁਧਿਆਣੇ ਵਾਲਾ ਗੰਦਾ ਬੰਦਾ ਉਹਨੇ ਸਾਡੇ ਸ਼ਹੀਦਾਂ ਨੂੰ ਕੁੱਤੇ ਬਿੱਲੇ ਕਹਿ ਕੇ ਸੰਬੋਧਨ ਕੀਤਾ, ਬੰਦੀ ਸਿੰਘਾਂ ਦੇ ਟੀਆ ਟਿੱਪਣੀ ਕੀਤੀ, ਰੋਜ਼ ਕਰਦਾ, ਪਹਿਲਾਂ ਵੀ ਕਰਦਾ ਸੀ, ਚਾਲੀ ਮੁਕਤਿਆਂ ਤੇ ਗੱਲ ਕੀਤੀ, ਧੀਆਂ ਤੇ ਗੱਲ ਕੀਤੀ ਸਾਡੀਆਂ ਤੇ, ਲੁਧਿਆਣੇ ਇਕੱਠ ਹੋਇਆ ਇਹ ਮੰਤਰੀ ਜੀ ਆਏ ਨੀ, ਉੱਥੇ ਪਹੁੰਚੇ ਨੀ, ਉੱਥੇ ਪੰਜਾਬ ਪੰਜਾਬੀ ਦੀ ਗੱਲ ਕਰਨ ਵਾਲੇ, ਪਿੰਡ ਪਿੰਡ ਯਾਤਰਾ ਕੱਢਣ ਵਾਲੇ, ਲੋਕਾਂ ਨੂੰ ਪੰਜਾਬੀ ਮਾਂ ਬੋਲੀ ਦੇ ਬਾਰੇ ਸਿਖਾਉਣ ਵਾਲੇ ਪਹੁੰਚੇ ਨੀ, ਉੱਥੇ ਆਏ ਨੀ, ਉੱਥੇ ਕਮਿਸ਼ਨਰ ਦੇ ਦਫ਼ਤਰ ਆਪ ਨਾ ਆਉਂਦੇ, ਆਪਣੇ ਬੰਦੇ ਹੀ ਭੇਜ ਦਿੰਦੇ ਆਏ, ਪਤਾ ਕਿਉਂ ਨੀ? ਈਗੋ ਜਿਹੜੀ ਹੈ ਨਾ, ਧੌਣ 'ਚ ਕਿੱਲਾ ਜਿਹੜਾ ਫਸਿਆ ਇਹਨਾਂ ਦੇ, ਵੀ ਅਸੀਂ ਕਿਉਂ ਜਾਈਏ, ਲੱਖੇ ਹੋਣੀ ਜਾਣ, ਭਾਨੇ ਹੋਣੀ ਜਾਣ, ਭਾਨੇ ਉਹਨਾਂ ਕੋਲ ਲੋਕ ਆਉਂਦੇ ਆ, ਉਹ ਲੋਕੋ ਸਮਝੋ ਏ ਸਮਝੋ, ਇੱਕ ਪਾਸੇ ਸਰਕਾਰਾਂ ਦਾ ਵਿਰੋਧ ਕਰਦੇ ਆ, ਇੱਕ ਪਾਸੇ ਉਹਨਾਂ ਦੇ ਗਨਮੈਨ ਲੈ ਕੇ ਘੁੰਮਦੇ ਆ, ਠੀਕ ਆ, ਇੱਕ ਪਾਸੇ ਕਹਿੰਦੇ ਆ ਜੀ ਲੱਖੇ ਨੂੰ ਪੁਲਿਸ ਚੱਕ ਕੇ ਲੈ ਗਈ, ਪੁਲਿਸ ਇੱਦਾਂ ਕਰਦੀ ਆ, ਪੰਜਾਬ ਦੀ ਗੌਰਮੈਂਟ ਇੱਦਾਂ ਕਰਦੀ, ਭਗਵੰਤ ਮਾਨ ਇੱਦਾਂ ਕਰਦਾ, ਦੂਜੇ ਪਾਸੇ ਇੱਕ ਪਾਸੇ ਪੁਲਿਸ ਨੂੰ ਮਾੜਾ ਕਹਿੰਦੇ, ਸਰਕਾਰ ਨੂੰ ਮਾੜਾ ਕਹਿੰਦੇ ਆ, ਦੂਜੇ ਪਾਸੇ ਉਹ ਸਰਕਾਰ ਦੇ ਬੰਦੇ ਲੈ ਕੇ ਘੁੰਮਦੇ ਨਾਲ, ਉਸੇ ਪੁਲਿਸ ਨੂੰ ਮਾੜਾ ਕਹਿੰਦੇ ਆ, ਉਸੇ ਪੁਲਿਸ ਦੇ ਬੰਦੇ ਗਨਮੈਨ ਲੈ ਕੇ ਨਾਲ ਘੁੰਮਦੇ, ਵਾਹ ਉਹ ਵਾਹ ਸੂਰਮਿਓ।
ਕਮਾਲ ਦੀ ਗੱਲ ਨਹੀਂ ਵੀਰੋ। ਉਹ ਭਰਾਵੋ ਆਪ ਬੋਲਣਾ ਸਿੱਖੋ, ਕਿੰਨਾ ਚਿਰ ਤੁਸੀਂ ਪਾਲਠਾ ਮਾਰਦੇ ਰਹੋਗੇ ਤੇ ਮਗਰ ਮਗਰ ਦੀ ਸਾਡਾ ਭਾਣਾ ਹੀ ਕੰਮ ਕਰਾਊ, ਸਾਡਾ ਲੱਖਾ ਹੀ ਕੰਮ ਕਰਾਊ। ਤੁਸੀਂ ਬੋਲਣਾ ਸਿੱਖੋ, ਤੁਸੀਂ ਖੜੇ ਹੋਵੋ ਆਪਣਾ ਕੰਮ ਕਰਨ ਵਾਸਤੇ, ਆਪ ਅੱਗੇ ਆਓ, ਠੀਕ ਹੈ ਨਾ। ਇਹ ਵੀ ਤਾਂ ਹੁਣ ਸਾਨੂੰ ਕਈ ਕਹਿ ਦਿੰਦੇ ਫੇਸਬੁੱਕ ਤੇ ਬੋਲਣ ਜੋਗੇ, ਇਹ ਵੀ ਤਾਂ ਫੇਸਬੁੱਕ ਤੋਂ ਹੀ ਉੱਠੇ ਆ, ਇਹ ਵੀ ਤਾਂ ਬੰਦੇ ਫੇਸਬੁੱਕ ਤੋਂ ਹੀ ਉੱਠੇ ਆ। ਤੁਸੀਂ ਵੀ ਬੋਲਣਾ ਚਾਲੂ ਕਰ ਦਿਓ, ਤੁਹਾਨੂੰ ਵੀ ਲੋਕ ਸੁਣਨਾ ਪਸੰਦ ਕਰਨਗੇ, ਤੁਹਾਡੇ ਨਾਲ ਵੀ ਖੜ ਜਾਣਗੇ। ਉਹ ਵੀਰੋ ਮੈਂ ਜਿਹੜੀਆਂ ਜਿਹੜੇ ਅੰਧ ਭਗਤ ਬਣੇ ਫਿਰਦੇ ਜੇ ਤੁਸੀਂ, ਉਹ ਕੰਮ ਕਰਨਾ ਬੰਦ ਕਰ ਦਿਓ। ਇਹ ਸਿਰਫ ਤਾਂ ਸਿਰਫ ਪਾਵਰ 'ਤੇ ਰਹਿਣਾ ਪਸੰਦ ਕਰਨਗੇ, ਪਾਵਰ ਇਹਨਾਂ ਨੂੰ ਲੋਕ ਦੇ ਨਹੀਂ ਰਹੇ। ਇਹ ਜਿੱਦਣ ਮੰਤਰੀ ਸੰਤਰੀ ਬਣ ਗਏ ਉਦਣ ਤੁਸੀਂ ਕੌਣ, ਅਤੇ ਇਹਨਾਂ ਨੇ ਤੁਹਾਨੂੰ ਪੁੱਛਣਾ ਤੱਕ ਨਹੀਂ। ਇਹ ਜਿਹੜੀ ਯਾਤਰਾ ਪਿੰਡ ਪਿੰਡ ਕੱਢਦੇ ਪਏ ਆ ਨਾ, ਇਹ ਆਪਣਾ ਲੈਵਲ ਉੱਚਾ ਕਰਨ ਵਾਸਤੇ ਕੱਢਦੇ ਪਏ ਆ। ਤੁਹਾਡਾ ਇਹਨਾਂ ਨੇ ਕੀ ਸੋਚਣਾ, ਤੁਹਾਡਾ ਨਹੀਂ ਕੁਝ ਵੀ ਸੋਚਣਾ, ਠੀਕ ਹੈ ਨਾ। ਇਹਨਾਂ ਦੀਆਂ ਲੱਤਾਂ ਭਾਰ ਝੱਲਦੀਆਂ, ਖਾਲਿਸਤਾਨ ਦੀ ਗੱਲ ਕਰ ਜਾਣੇ, ਇਹਨਾਂ ਦੀਆਂ ਭਾਰ ਝੱਲਦੀਆਂ ਕਿ ਆਪਣੀ ਵੀਡੀਓ 'ਚ ਖਾਲਿਸਤਾਨ ਜਿੰਦਾਬਾਦ ਵੀ ਕਹਿ ਦੇਣ, ਕਦੇ ਵੀ ਨਹੀਂ। ਇਹ ਸਿਰਫ ਤਾਂ ਸਿਰਫ ਹਵਾ ਆਈਦਾ ਵਾਂਗੂ, ਲਫਾਫੇ ਵਾਂਗੂ ਉੱਡਣ ਵਾਲੇ ਲੋਕ ਆ। ਆ ਜਿਹੜੇ ਜਿਨ੍ਹਾਂ ਨੇ ਮੈਨੂੰ ਗਾਲਾਂ ਕੱਢਣੀਆਂ ਨਾ ਥੱਲੇ, ਕੱਢ ਲਿਆ, ਜੋ ਕਰਨਾ ਕਰ ਲਿਓ, ਏ ਠੀਕ ਆ, ਜੋ ਹੁੰਦਾ ਕਰ ਲਿਓ, ਤੁਹਾਡੇ ਤੋਂ ਡਰਨ ਵਾਲੇ ਅਸੀਂ ਨਹੀਂ ਹੈਗੇ, ਜੋ ਹੁੰਦਾ ਕਰ ਲਿਓ, ਠੀਕ ਆ। ਅਸੀਂ ਪਾਲਛ ਮਾਰਨ ਵਾਲੇ ਨਹੀਂ ਆ, ਤੁਸੀਂ ਤਾਂ ਪੜ੍ਹੇ ਲਿਖੇ ਕਲੰਨ ਮਹਿਕਮਾ ਦੇ, ਠੀਕ ਹੈ ਨਾ। ਜਿਹੜੇ ਪੜ੍ਹੇ ਲਿਖੇ ਵੀ ਭੈਣ ਚੋ ਟੱਟੇ ਪਾਲਛ ਕਰਨ 'ਤੇ ਸੋਰੀ ਮਾਫ਼ ਕਰਨਾ, ਇੱਥੇ ਮੈਂ ਲਾ ਦੂੰਗਾ ਪੀ ਪੂੰਜਿਆ, ਤੁਸੀਂ ਉਹ ਬਣੇ ਫਿਰਦੇ ਜੇ। ਅਸੀਂ ਆਜ਼ਾਦ ਪਰਿੰਦੇ ਹਾਂ, ਅਸੀਂ ਪਾਲਛ ਮਾਰਨ ਵਾਲੇ ਨਹੀਂ, ਸਾਡਾ ਜਿੱਧਰ ਦਿਲ ਕਰਦਾ ਸੀ ਉੱਧਰ ਜਾਂਦੇ ਹਾਂ, ਜਿਹਦੇ 'ਤੇ ਜਿਹੜਾ ਸਾਨੂੰ ਬੰਦਾ ਮਾੜਾ ਲੱਗਦਾ ਸੀ ਉੱਥੇ ਬੋਲਦੇ ਹਾਂ, ਜਿਹੜਾ ਬੰਦਾ ਗਲਤ ਕੰਮ ਕਰਦਾ ਸੀ ਉੱਥੇ ਬੋਲਦੇ ਹਾਂ। ਅਸੀਂ ਇਹਨਾਂ 'ਤੇ ਕਦੀ ਵੀ ਨਾ ਬੋਲਦੇ, ਭਾਣੇ 'ਤੇ ਲੱਖੇ 'ਤੇ ਸਾਡੇ ਕੋਈ ਵੈਰੀ ਨਹੀਂ ਗੇ, ਆਪਣੀ ਜਗ੍ਹਾ ਕਰੀ ਜਾਣ ਜੋ ਕਰਦੇ ਆ, ਪਰ ਲੋਕਾਂ ਨੂੰ ਫੁੱਦੂ ਕਿਉਂ ਬਣਾਉਂਦੇ ਆ। ਹੈਂ ਜਿਹੜੇ ਸ਼ਹੀਦਾਂ ਸਿੰਘਾਂ ਦੀਆਂ ਗੱਲਾਂ ਕਰਦੇ ਆ, ਇੱਕ ਪਾਸੇ ਗੱਲਾਂ ਕਰਦੇ ਆ ਅਤੇ ਦੂਜੇ ਪਾਸੇ ਜਦੋਂ ਇਕੱਠ ਕਰਨਾ ਉਦੋਂ ਨਾਲ ਨਹੀਂ ਖੜਦੇ, ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਆ, ਅਤੇ ਜਿਹੜਾ ਗਾਲਾਂ ਗੰਦੀਆਂ ਕਰਦਾ ਸਾਡੇ ਪੰਜਾਬ ਦੀਆਂ ਧੀਆਂ ਨੂੰ, ਉੱਧਰ ਹੁੰਦੇ ਨਹੀਂ ਆ। ਜੇ ਇਹਨਾਂ ਨੇ ਸਾਥ ਦਿੱਤਾ ਹੁੰਦਾ ਵੀਰੋ, ਉਹ ਜਿਹੜਾ ਟੱਟੂ ਜਿਹੜਾ ਡਿਪਰੈਸ਼ਨ ਦਾ ਮਰੀਜ਼ ਬੰਦਾ, ਗੰਦਾ ਟੱਟੀ ਬੰਦਾ ਜਿਹੜਾ, ਉਹ ਕਦੀ ਵੀ ਸਾਡੇ ਸੂਰਮਿਆਂ 'ਤੇ ਸਾਡੀਆਂ ਧੀਆਂ 'ਤੇ ਨਾ ਬੋਲਦਾ। ਹੈਰਾਨੀ ਆਉਂਦੀ ਆ ਮੈਨੂੰ, ਹੈਰਾਨੀ ਇਕੱਲਾ ਲੱਖਾਂ ਭਾਨੇ ਦੀ ਗੱਲ ਨਹੀਂ ਮੈਂ ਕਰਦਾ, ਸਾਡੇ ਪਿੰਡ ਕਹਿੰਦੇ ਲੱਗਾ ਹਾਂ, ਸਾਡੇ ਪੰਜਾਬ ਦੀਆਂ ਕਿੰਨੀਆਂ ਜਥੇਬੰਦੀਆਂ, ਦਮਦਮੀ ਟਕਸਾਲ ਦਾ ਮੁਖੀ ਬਾਬਾ ਧੁੰਮਾ ਜੀ, ਕਦੀ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਵੀ ਇਹਨੂੰ ਅੰਦਰ ਕਰਵਾਈਏ। ਸਾਡੀਆਂ ਨਿਹੰਗ ਜਥੇਬੰਦੀਆਂ, ਉਹਨਾਂ ਦੇ ਮੁਖੀਆਂ ਨੇ ਵੀ ਕਦੀ ਬਿਆਨ ਨਹੀਂ ਦਿੱਤਾ। ਆ ਜਿਹੜੇ ਖਾਲਿਸਤਾਨ ਦੇ ਕਹਿੰਦੇ ਆ ਜੀ ਅਸੀਂ ਖਾਲਿਸਤਾਨ ਬਣਾਉਣਾ, ਮਾਫ਼ ਕਰਨਾ ਵੀ ਦਿਓ, ਬੋਲਣਾ ਪਊਗਾ। ਮੈਂ ਪਹਿਲਾਂ ਕਿਹਾ ਸੱਚ ਤੇ ਕੱਚ ਚੁੱਭਦਾ ਹੁੰਦਾ, ਸਿਮਰਜੀਤ ਸਿੰਘ ਮਾਨ ਜੀ ਇਹਨਾਂ ਨੇ ਕਦੀ ਜੇ ਚਾਹੁਣ ਕੀ ਨਹੀਂ ਹੋ ਸਕਦਾ, ਪਰਚਾ ਕਿਉਂ ਨਹੀਂ ਹੋ ਸਕਦਾ ਇਹੋ ਜਿਹੇ ਬੰਦਿਆਂ 'ਤੇ, ਪਰ ਇਹਨਾਂ ਨੇ ਕਦੀ ਸਟੈਂਡ ਹੀ ਨਹੀਂ ਲਿਆ। ਵੈਸੇ ਸ਼ਹੀਦ ਸਿੰਘਾਂ ਦੇ ਨਾਂ 'ਤੇ ਅਸੀਂ ਰੋਟੀਆਂ ਸੇਕਣੀਆਂ ਆ, ਪਰ ਕਦੀ ਇਹਨਾਂ ਨੂੰ ਅਸੀਂ ਇਕੱਠੇ ਹੋ ਕੇ ਜਾ ਕੇ ਇਹ ਨਹੀਂ ਕਹਿ ਸਕਦੇ ਵੀ ਆਹ ਬੰਦਾ ਗੰਦ ਬੋਲ ਰਿਹਾ, ਇਹ 'ਤੇ ਕਾਰਵਾਈ ਕਰਵਾਈਏ। ਹਾਰ ਕੇ ਮੈਂ ਲਾਸਟ 'ਤੇ ਇਹੋ ਵੀਰਾਂ ਨੂੰ ਕਹਿੰਦਾ, ਵੀਰੋ ਆਪਣੇ ਆਪਣੇ ਆਪ ਖੜ੍ਹੇ ਹੋਣਾ ਸਿੱਖੋ, ਕਿਸੇ ਦੀ ਸਪੋਰਟ ਤੁਹਾਨੂੰ ਲੈਣੀ ਨਾ ਪਵੇ, ਠੀਕ ਹੈ। ਕਿੰਨਾ ਕੁ ਚਿਰ ਸਪੋਰਟਾਂ ਲੈਂਦੇ ਫਿਰੋਗੇ। ਦੂਜੀ ਗੱਲ, ਇਹ ਦਿਮਾਗੀ ਬੰਦੇ ਆ, ਸਿਆਸੀ ਬੰਦੇ ਆ, ਸਿਆਸਤ ਖੇਡ ਕੇ ਚੱਲਣ ਵਾਲੇ ਬੰਦੇ ਆ। ਲੱਖੇ ਨੂੰ ਪੁੱਛੋ ਕਦੀ ਮਨਪ੍ਰੀਤ ਬਾਦਲ 'ਤੇ ਕਿਉਂ ਨਹੀਂ ਬੋਲਦਾ, ਪੁੱਛਿਓ ਇਹਨੂੰ। ਇਹ ਕਹਿੰਦਾ ਜੀ ਉਹਨੇ ਮੇਰੇ ਸਿਰ 'ਤੇ ਹੱਥ ਰੱਖਿਆ ਸੀ, ਮਾੜੇ ਸਮੇਂ 'ਚੋਂ ਮੈਨੂੰ ਕੱਢਿਆ ਸੀ, ਮੈਂ ਤਾਂ ਨਹੀਂ ਬੋਲਦਾ। ਮਤਲਬ ਜਿਹੜਾ ਬੰਦਾ ਪੰਜਾਬ ਦਾ ਖਜ਼ਾਨਾ ਖਾਲੀ ਕਰ ਗਿਆ, ਜਿਹੜਾ ਮਨਪ੍ਰੀਤ ਬਾਦਲ ਪੰਜਾਬ ਨੂੰ ਤਹਿਸ ਨਹਿਸ ਕਰ ਗਿਆ, ਤੂੰ ਭਗਵੰਤ ਮਾਨ ਦੇ ਪਿੱਛੇ ਪੈ ਗਿਆ, ਹੈਂ ਸੁਖਬੀਰ ਬਾਦਲ ਦੇ ਪਿੱਛੇ ਪੈ ਗਿਆ,
ਤੇ ਮਨਪ੍ਰੀਤ ਬਾਦਲ ਨੂੰ ਕਿਉਂ ਨੀ ਉਹਦੇ ਵਾਰੀ ਕਿਉਂ ਨੀ ਬੋਲਿਆ ਕਦੀ? ਮੰਨਦਿਆਂ ਹੁਣ ਜੇ ਤੇਰੇ ਤੈਨੂੰ ਮਾੜੇ ਸਮੇਂ ਚੋਂ ਕਿਸੇ ਹੋਰ ਨੇ ਵੀ ਕਢਾਇਆ ਹੋਵੇ, ਮੰਨ ਲਓ ਜੇ ਉਹ ਕੋਈ ਕਤਲ ਕਰਦੇ ਬਲਾਤਕਾਰ ਕਰਦੇ, ਫਿਰ ਵੀ ਨਾ ਬੋਲੇਗਾ ਵੀ ਮੈਨੂੰ ਉਹਨੇ ਮਾੜੇ ਸਮੇਂ ਚੋਂ ਕਢਾਇਆ, ਮੈਂ ਕੀ ਲੈਣਾ? ਉਹ ਬੱਲੇ ਹੋਏ ਪੰਜਾਬ ਦੇ ਹੋ ਸ਼ੇਰੋ, ਪਰ ਲੋਕਾਂ ਨੂੰ ਗੱਲਾਂ ਸਮਝ ਕਿੱਥੇ ਆਉਣੀਆਂ? ਲਾਲੀ ਸਿਆਂ ਛੱਡ, ਤੂੰ ਵੀ ਲੋਕਾਂ ਕੋਲ ਗਾਲਾਂ ਖਾਏਗਾ,